ਭਾਅ ਜੀ ਨਾ ਬੰਦੇ ਚੀਜ਼ ਬਣਾਉਂਦੇ ਨੇ, ਕੋਈ ਸਾਈਡ ਥੋੜ੍ਹੀ ਜਿਹੀ ਜਿਵੇਂ ਵਿੰਗੀ ਕੋਈ ਟੇਢੀ ਚੀਜ਼ 'ਤੇ ਬਣੀ ਹੋਵੇ, ਤਾਂ ਇੰਝ ਪਤਾ ਲੱਗੇ ਜਿਵੇਂ ਕੋਈ ਡਾਈ 'ਚ ਚੀਜ਼ ਬਣੀ ਹੈ। ਉਹਨਾਂ ਲਾਂਭ ਇਹਨਾਂ ਸਾਡੀਆਂ ਲਾਂਭ ਹੀ ਨੇ, ਇਹ ਵੀ ਵੇਖ ਲਓ ਕਿਸੇ ਪਾਸੇ ਉਹਨੀ ਇੱਕ ਹਲਦਾ ਸੂਤਰ ਵੀ ਫਾਲਾ 'ਚ ਖਿੱਚਾ ਹੋਵੇ, ਅਤੇ ਇਨਸ਼ਾਲਾ ਪੈਲੀ ਦੇ ਵਿੱਚ ਵੀ ਇੰਨਾ ਇੰਝ ਹੀ ਵਗਣਾ ਹੈ। ਸਾਰਾ ਕਿੱਲ ਕਾਬਲਾ ਵਲੈਤੀ ਕੰਮ ਥੋੜ੍ਹਾ ਨਹੀਂ ਕਿ ਜਿਹੜੀ ਗੇਜ ਦਾ ਦੱਸਿਆ ਨਵਾਂ ਪੈਪ ਬਰਿਊਂਡ ਬ੍ਰਾਂਡ ਨਿਊ, ਜਿਹੜੀ ਗੇਜ ਦਾ ਦੱਸਿਆ 10 ਗੇਜ ਦਾ, ਉਸ ਤੋਂ ਭਾਰਾ ਹੋ ਸਕਦਾ, ਹਲਕਾ ਨਹੀਂ ਹੋ ਸਕਦਾ। ਅਸਲਾਮ ਅਲੈਕੁਮ ਜੀ, ਆਬਦ ਐਗਰੀਕਲਚਰ ਦੇ ਅੰਦਰ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਜੀ। ਅੱਜ ਦੋਸਤ ਅਸੀਂ ਮੌਜੂਦ ਹਾਂ ਜੀ ਐਮ ਰਿਆਜ਼ਰੀ ਇੰਡਸਟਰੀ ਪਾਕਿਸਤਾਨ ਦੇ ਸਭ ਤੋਂ ਫੇਮਸ ਰਿਆਜ਼ ਜੱਟ ਦੇ ਕੋਲ। ਅਤੇ ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਹਮੇਸ਼ਾ ਜਿਹੜਾ ਵਾ ਇਹ ਯੂਨੀਕ ਕੰਮ ਕਰਦੇ ਆ, ਅੱਜ ਇਹਨਾਂ ਨੇ ਮੁੱਛ ਵਾਲਾ ਬੰਪਰ ਤਿਆਰ ਕੀਤਾ। ਪਾਕਿਸਤਾਨ ਵਿੱਚ ਇਹ ਵਾਹਦ ਬੰਪਰ ਆ ਜਿੰਨਾ ਜਿਹੜਾ ਕਿ ਇਹਨਾਂ ਨੇ ਸ਼ੁਰੂ ਕੀਤਾ ਔਰ ਇਸਦੀ ਡਿਮਾਂਡ ਵੱਧ ਗਈ। ਰਿਆਜ਼ ਭਾਈ ਸਾਡੇ ਨਾਲ ਮੌਜੂਦ ਨੇ ਜੀ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ, ਕੀ ਹਾਲ ਚਾਲ ਆ? ਅੱਲਾ ਪਾਕ ਦਾ ਦਾ ਸ਼ੁਕਰ ਵੀਰ, ਠੀਕ ਭਾਈ। ਹਮੇਸ਼ਾ ਤੁਸੀਂ ਮਾਰਕੀਟ ਤੋਂ ਔਰ ਯੂਨੀਕ ਜਿਹੜਾ ਕੰਮ ਕਰਦੇ ਹੋ, ਬੰਪਰ ਬੜਾ ਖੂਬਸੂਰਤ ਤਿਆਰ ਕੀਤਾ। ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਇਹ ਕਿੱਥੋਂ, ਇਹਦਾ ਡਿਜ਼ਾਇਨ ਕਿੱਥੋਂ ਲੈਂਦੇ ਹੋ? ਭਾਅ ਜੀ ਨਾ ਬੰਦੇ ਚੀਜ਼ ਬਣਾਉਂਦੇ ਨੇ, ਕੋਈ ਸਾਈਡ ਥੋੜ੍ਹੀ ਜਿਹੀ ਜਿਵੇਂ ਵਿੰਗੀ ਕੋਈ ਟੇਢੀ ਚੀਜ਼ 'ਤੇ ਬਣੀ ਹੋਵੇ, ਤਾਂ ਇੰਝ ਪਤਾ ਲੱਗੇ ਜਿਵੇਂ ਕੋਈ ਡਾਈ 'ਚ ਚੀਜ਼ ਬਣੀ ਹੈ। ਇਹ ਦੇਖਣ ਨਾ ਇੱਕੋ ਜਿਹੀਆਂ ਮੁੱਛਾਂ, ਨਹੀਂ ਕੋਈ ਉੱਚੀ ਨਹੀਂ ਕੋਈ ਨੀਵੀਂ, ਫਿਰ ਇਹਨੂੰ ਰਗੜਾ ਰਗੜਾਈ ਇਹਦੀ ਫਿਨਿਸ਼ਿੰਗ ਇੰਝ ਜਿਵੇਂ ਡਾਈ 'ਚੋਂ ਨਿਕਲਿਆ ਹੁੰਦਾ। ਇਹ ਨਹੀਂ ਵੀ ਇਹਨੂੰ ਵੈਲਡਿੰਗ ਕੀਤਾ ਇੱਧਰੋਂ ਹੋਇਆ ਜਾਂ ਇੱਧਰੋਂ ਹੋਇਆ ਹੈ, ਇਨਸ਼ਾਅੱਲਾ ਬੰਪਰ ਬਣਾਇਆ ਜਦੋਂ ਅਲਟੀਨਾ ਟੂ ਲੱਗਣਾ ਤਾਂ ਪੂਰਾ ਮਾਹੌਲ ਬਣਨਾ ਹੈ। ਇਹ ਜੀ ਇੱਕ ਬਾਜਵਾ ਸਾਹਿਬ ਨੇ ਸਿਆਲਕੋਟ ਉਹਨਾਂ ਬਣਵਾਇਆ ਹੈ, ਅਸੀਂ ਇੱਕ ਦਿਨ ਬਣਾਉਣ ਡਿਆ ਸਾਂ, ਵੇਖ ਕੇ ਸਾਨੂੰ ਦੇ ਨਾਲ ਦਾ ਹੀ ਬਣਾ ਕੇ ਦਿਓ ਜੀ। ਉਹਨਾਂ ਨੇ ਬੰਪਰ ਜਨਾਬ ਬਣਾ ਕੇ ਦਿੱਤਾ, ਇਹ 95 ਹਜ਼ਾਰ 'ਚ ਇਹਨੂੰ ਐਲਗਰ ਸ਼ੈਲਗਰ ਲੱਗ ਕੇ ਮੁਕੰਮਲ ਤਿਆਰ ਹੋਇਆ, ਅਤੇ ਬਾਕੀ ਇਹਦੀ ਰਗੜਾ ਰਗੜਾਈ ਇਹਦੀ ਫਿਨਿਸ਼ਿੰਗ ਬਹੁਤ ਜ਼ਬਰਦਸਤ ਕਿਸਮ ਦੀ ਕੀਤੀ ਹੈ। ਅਤੇ ਬਾਕੀ ਜਿਹੜਾ ਇਹਦੇ ਵਜ਼ਨ ਦੀ ਗੱਲ ਕਰੀਏ, ਤਾਂ ਇਹਦਾ ਵਜ਼ਨ ਤਕਰੀਬਨ 90 ਕਿਲੋ ਹੋਣਾ ਹੈ। 90 ਕਿਲੋ ਵਜ਼ਨ ਹੈ, ਅਤੇ ਬਹੁਤ ਜ਼ਬਰਦਸਤ ਕਿਸਮ ਦਾ ਬੰਪਰ ਬਣਿਆ। ਸੰਗਲੀਆਂ ਲੱਗਣੀਆਂ ਨੇ ਜੀ, ਉਹ ਉਲਟੀਨੇ ਪਏ ਨੇ, ਉਹ ਉਲਟੀਨੇ ਵੀ ਲੱਗਣੇ ਨੇ, ਯਾਨੀ ਕਿ ਪੂਰਾ VIP ਕਿਸਮ ਦਾ ਬੰਪਰ ਤਿਆਰ ਹੋਣਾ। ਇਹ ਭਾਈ ਇਹ ਕਿਹੜੇ ਟਰੈਕਟਰ ਵਾਸਤੇ ਤਿਆਰ ਹੋ ਰਿਹਾ? ਇਹ 385 ਵਾਸਤੇ ਤਿਆਰ ਹੋਇਆ ਜੀ। 385 ਵਾਸਤੇ, ਹਾਂਜੀ। ਇਹ ਭਾਈ ਇਹ ਦੱਸੋ ਵੀ 90 ਕਿਲੋ ਵਜ਼ਨ ਤੱਕ ਤਾਂ ਇਹਨੂੰ ਵੈਸੇ ਇਸ਼ੂ ਕੋਈ ਨਹੀਂ ਬਣਦਾ ਇਹਨੂੰ? ਬਸ ਜੀ ਉਹ ਮੈਂ ਤਾਂ ਕਿਹਾ ਸੀ ਸਿੰਗਲ ਮੁੱਛ ਬਣਾਈ, ਉਹਨੇ ਕਹੀ ਡਬਲ ਮੁੱਛ ਬਣਾਉਣੀ ਹੈ, ਯਾਨੀ ਕਿ ਭਾਰੀ ਮੁੱਛ ਹੈ ਅਤੇ ਜ਼ਬਰਦਸਤ ਕਿਸਮ ਦੀ ਮੁੱਛ ਬਣੀ ਹੈ। ਅਤੇ ਉਹ ਅੱਗੇ ਆ ਜਿਵੇਂ ਇੰਡੀਆ 'ਚ ਛੱਤਾਂ ਬਣਾਈਆਂ, ਅਤੇ ਜਿਹੜਾ ਹੈ ਨਾ ਅੱਲਾ ਤੁਹਾਡੀ ਖੈਰ ਕਰੇ, ਉਹ ਚੜ੍ਹਦੇ ਪੰਜਾਬ ਵੱਲ ਲੈਂਦੇ ਪੰਜਾਬ ਵੱਲ ਲਿਆਉਂਦੀ, ਅਤੇ ਹੁਣ ਉੱਧਰ ਵਾਲੇ ਬੰਦੇ ਵੀ ਕਮੈਂਟ ਕਰਦੇ ਨੇ, ਫੋਨ ਕਰਦੇ ਸਾਨੂੰ, ਯਾਰ ਕੋ ਆਪਣਾ ਸਾਂਚਾ ਦਿਓ, ਅਸੀਂ ਵੀ ਛੱਤ ਤਿਆਰ ਕਰਨੀ ਹੈ। ਅਤੇ ਔਰ ਇਹ ਨਹੀਂ ਮਾਨੀ ਗ੍ਰਾਨੀ ਗੱਲ, ਇਹ ਨਹੀਂ ਮੈਂ ਕਦੀ ਕਸਮ ਚੁੱਕੀ ਭਾਵੇਂ ਤਾਂ ਹੁਣ ਲੈ ਜਾਏ, ਕੱਲ੍ਹ ਇੰਡੀਆ 'ਚ ਫੋਨ ਕਰਨ ਲਾਏ ਸਾਨੂੰ ਵੀ ਜਿਹੜਾ ਨਾ ਤੁਹਾਡੇ ਸਾਰਿਆਂ ਸੋਹਣੀ ਛੱਤ ਉਹ ਦਿਓ। ਬਾਕੀ ਉਹ ਨਕਲਾਂ ਮਾਰਨ ਵਾਲੇ ਬੇਸ਼ੁਮਾਰ ਨੇ, ਅਤੇ ਜਿਹੜਾ ਕੰਮ ਕੀਤਾ ਇਨਸ਼ਾਅੱਲਾ ਜ਼ਬਰਦਸਤ ਕਿਸਮ ਦਾ ਕੀਤਾ। ਹੁਣ ਜਿਸ ਬੰਦੇ ਨੇ 1 ਲੱਖ ਰੁਪਇਆ ਛੱਤ ਦਾ ਜਾਂ 1,10,000 ਭਰਨਾ ਹੈ, ਉਹਨੂੰ ਫਿਰ ਚੀਜ਼ ਵੀ ਜ਼ਬਰਦਸਤ ਮਿਲਣਾ। ਔਰ ਮੈਂ ਕਹਿੰਦਾ ਵਾਂ ਸਾਡੇ ਯੂ ਦੀ 4 ਸਾਲ ਦੀ ਵਾਰੰਟੀ, ਟੁੱਟ ਜਾਵੇ ਵੱਧਦਾ ਘਾਟਾ ਹੋਵੇ ਤਾਂ ਸਾਡਾ। ਬਾਕੀ ਜੇ ਹਲਕਾ ਨਹੀਂ ਕਰਨਾ ਭਾਵੇਂ, ਆ ਵੇਖਣ ਸਾਡੇ ਯੂ ਦੀ ਮਿਠਾਈ, ਯਾਨੀ ਕਿ ਜਿਹੜੀ ਗੇਜ ਦਾ ਦੱਸਿਆ ਨਵਾਂ ਪੈਪ ਬਰਿਊਂਡ ਬ੍ਰਾਂਡ ਨਿਊ, ਜਿਹੜੀ ਗੇਜ ਦਾ ਦੱਸਿਆ 10 ਗੇਜ ਦਾ, ਉਸ ਤੋਂ ਭਾਰਾ ਹੋ ਸਕਦਾ, ਹਲਕਾ ਨਹੀਂ ਹੋ ਸਕਦਾ। ਫਿਰ ਇਹ ਨਹੀਂ ਪੈਪ ਪਾਟਾ, ਬ੍ਰਾਂਡ ਨਿਊ ਸਾਰਾ ਸਮਾਨ ਜ਼ਬਰਦਸਤ ਕਿਸਮ ਦਾ, ਅਤੇ ਜਿਹੜੀ ਵੀ ਚੀਜ਼ ਬਣਾਈ ਦੀ ਅੱਲਾ ਦੀ ਮਿਹਰਬਾਨੀ ਨਾਲ ਜ਼ਬਰਦਸਤ ਕੀ ਚੀਜ਼ ਬਣਾ, ਉਹਨਾਂ ਲਾਂਭ ਇਹਨਾਂ ਸਾਡੀਆਂ ਲਾਂਭ ਹੀ ਨੇ। ਇਹ ਵੀ ਵੇਖ ਲਓ ਕਿਸੇ ਪਾਸੇ ਉਹਨੀ ਇੱਕ ਹਲਦਾ ਸੂਤਰ ਵੀ ਫਾਲਾ 'ਚ ਖਿੱਚਾ ਹੋਵੇ, ਅਤੇ ਇਨਸ਼ਾਅੱਲਾ ਪੈਲੀ ਦੇ ਵਿੱਚ ਵੀ ਇੰਨਾ ਇੰਝ ਹੀ ਵਗਣਾ ਹੈ, ਸਾਰਾ ਕਿੱਲ ਕਾਬਲਾ ਵਲੈਤੀ। ਅਤੇ ਇਹ ਭਾਈ ਦੱਸੋ ਵੀ ਇਹ ਤਿਆਰ ਕਿੰਨੇ 'ਚ ਹੋਇਆ? ਇਹ ਤਿਆਰ ਜੀ 90 ਹਜ਼ਾਰ ਦੇ ਵਿੱਚ ਤਿਆਰ ਹੋਇਆ। ਬਾਕੀ ਆ ਜਿਹੜੇ ਐਲੀਅਰ ਰੂਰਲ ਲਾਈਟਾਂ ਨੇ, ਉਹਨਾਂ ਆਪਣੀਆਂ ਲੈਣੀਆਂ ਨੇ। ਅੱਛਾ, ਉਹਨਾਂ ਦੀਆਂ ਆਪਣੀਆਂ? ਹਾਂ, ਇਹ 1,00,000 'ਚ ਪੈ ਜਾਣਾ। ਅਗਰ ਇਹਨੂੰ ਹਲਕਾ ਕਰਕੇ ਬਣਾਓ ਤਾਂ 50-55 ਹਜ਼ਾਰ ਦਾ ਵੀ ਬਣ ਜਾਂਦਾ, ਯਾਨੀ ਕਿ ਮੁੱਛ ਸਿੰਗਲ ਹੋਵੇ 50-55 ਹਜ਼ਾਰ 'ਚ ਵੀ ਬਣ ਜਾਂਦਾ। ਅਸੀਂ ਤਾਂ ਜਨਾਬ ਮਾਰ ਮਾਰ ਕੇ ਨਾ ਬਫਾਂ, ਕਿਉਂ ਲੈਣਾ 9 ਕੱਸ ਗਏ ਨੇ। ਬਿਲਕੁਲ, ਇਸ ਤਰ੍ਹਾਂ ਪਲੇਨ ਆ, ਇਹ ਪੇਂਟ ਨਹੀਂ ਹੋਇਆ। ਜਦੋਂ ਪੇਂਟ ਹੋਣਾ ਹੈ ਤਾਂ ਹੋਰ ਜ਼ਬਰਦਸਤ ਕਿਸਮ ਦਾ ਨੇ ਬਣਨਾ।
ਤੇ ਭਾਈ ਹੱਲਾਂ ਦਾ ਕੀ ਰੇਟ ਆ? ਹੱਲਾਂ ਜਨਾਬ ਇਹ ਜਿਹੜੀਆਂ ਹੈਗੀਆਂ ਨੇ 2,40,000 ਦੀਆਂ ਨੇ, 13 ਹੱਲਾਂ, ਇਹ 13 ਹੱਲ, ਹਾਂ ਇਹ ਜਿਹੜੀ 11 ਹੈ ਇਹ 1,95,000 ਦੇ ਨੇੜੇ ਕਰੋ ਨਾ, ਇਹ ਰੰਗ ਹੋਣ ਵਾਲਾ, ਇਹ ਸਾਰਾ ਕਾਬਲਾ ਵਲੈਤੀ, ਕਿੱਲ ਕਾਬਲਾ ਵਲੈਤੀ, ਕੁੜਾਂ ਦੇ ਵਿੱਚ ਪੱਟੀ ਵੀ ਜਿਹੜੀ ਗ੍ਰੇਡ ਦੀ ਲਾਈ ਹੈ ਅਤੇ ਜ਼ਬਰਦਸਤ ਕਿਸਮ ਦੀ ਹੱਲ ਬਣੀ ਹੈ। ਜੱਟ ਸਾਹਿਬ ਨੇ ਲੱਖੋ ਕੀ ਤਾਂ ਉਹਨਾਂ ਨੂੰ ਦਿੱਤੀ ਹੱਲ, ਟਰੈਕਟਰ ਵੀ ਲਿਆ ਤੇ ਉਹਨਾਂ ਨੂੰ ਹੱਲ ਵੀ ਦਿੱਤੀ। ਤੇ ਭਾਈ ਇਹਦੇ ਨਾਲ ਕੋਡ ਕਿਹੜੇ ਦੇ ਲੱਗੇ? ਇਹਦੇ ਨਾਲ ਗ੍ਰੈਡੀ ਦਾ ਕੋਡ ਲੱਗਾ ਹੈ, ਪਿਓਰ ਗੋਲੇ ਦਾ, ਸਹੀ, ਟੁੱਟ ਸਕਦਾ ਹੈ, ਨਾ ਵਿੰਗਾ ਹੋਵੇਦਾ ਨਾ ਟੇਢਾ ਹੋਵੇਦਾ, ਇਹਨੂੰ ਕੋਈ ਟੈਨਸ਼ਨ ਪਰੇਸ਼ਾਨੀ, ਕੋਡ ਨੂੰ ਇਨਸ਼ਾਅੱਲਾ ਬਣਦੀ ਹੈ। ਤੇ ਸਪਰਿੰਗ ਭਾਈ? ਸਪਰਿੰਗ ਇਹਨੂੰ ਲੱਗਾ ਹੈ ਜਨਾਬ ਮਾਸਟਰ ਦਾ। ਤੇ ਵੈਸੇ ਬਾਸਾਨੀ ਕਿਹੜੇ ਟਰੈਕਟਰ ਨਾਲ ਚੱਲ ਸਕਦਾ ਹੈ? ਇਹ ਜਿਹੜੀ 13 ਲਈ ਹੱਲ ਹੈ 385 ਨਾਲ 15-16 ਰੇਸ ਤੇ ਵਾਹਦਾ, ਆਮ ਲੋਕਾਂ ਨੇ ਵੱਡੀ ਹੱਲ ਜ਼ਿਆਦਾ, ਫਿਰ ਅਸੀਂ ਗਲੀਆਂ ਮੁਹੱਲਿਆਂ 'ਚ ਨਹੀਂ, ਅਤੇ ਉਹਨਾਂ ਨੂੰ ਫਿਰ ਉਹਨਾਂ ਵਾਸਤੇ 11 ਹੱਲ ਬਣਾਈਏ। ਇਹ 11 ਹੱਲ ਜਿਹੜੀ 1,95,000 ਦੀ ਚੰਗੀ ਹੱਲ ਹੈ, ਬਾਕੀ 1,60,000-65,000 ਦੀ ਵੀ ਬਣ ਜਾਣੀ ਤਰਲਾ ਮਾਰੋ ਤੇ, ਅਤੇ ਤਰਲਾ ਹਮੇਸ਼ਾ ਤਰਲਾ ਹੀ ਹੁੰਦਾ, ਸਾਡੇ ਕੋਲ ਤਾਂ ਮਾਂ ਖਾਂ ਰੱਖਣੀਆਂ ਨਹੀਂ ਮਿਲਦੀਆਂ, ਹੁਣ ਦੀ ਵੀ ਵਿਚਾਰੇ ਮਰੇ ਥਾਂ ਪੈ ਨੇ, ਪੈਸਾ ਕੋਲ ਕੋਈ ਨਹੀਂ ਹੈ, ਅਤੇ ਜਿਹੜੇ ਠੇਕੇ ਵਾਲੇ ਨੇ ਅੱਗੇ ਠੇਕੇ ਵਾਲੇ ਬੜਾ ਮੂੰਹ ਚੁੱਕਿਆ ਸੀ ਵੀ ਅਸੀਂ ਇੰਨਾ ਲੈਂਦੇ, ਹੁਣ ਅੱਗੇ ਜ਼ਿਮੀਦਾਰ ਮਗਰ ਭੱਜਦੇ ਸੀ ਠੇਕੇ ਤੋਂ, ਠੇਕੇ ਵਾਲੇ ਮਗਰ ਭੱਜਦੇ ਨੇ, ਅਤੇ ਬਾਕੀ ਜਿਹੜਾ ਜ਼ਿਮੀਦਾਰ ਦਾ ਪ੍ਰੋਗਰਾਮ ਇਹਨਾਂ ਚੱਲਦਾ ਖਤਮ ਹੋਇਆ ਪਿਆ, ਬਹੁਤ ਜ਼ਿਆਦਾ ਜ਼ਿਮੀਦਾਰ ਪਰੇਸ਼ਾਨ ਨੇ, ਹੁਣ ਮਾਰਕੀਟ ਅੱਜ ਸੁਬਹਾ ਦਾ ਕੋਈ ਗਾਹਕ ਨਹੀਂ ਆਇਆ, ਕੋਈ ਹਿਸਾਬ ਕਿਤਾਬ ਵੀ ਨਹੀਂ ਆਇਆ ਜ਼ਰਾ ਜਿੰਨਾ ਵੀ। ਅਤੇ ਭਾਈ ਨਵੀਂ ਜਿਹੜੀ ਛੱਤ ਆ ਉਹਦਾ ਕੀ ਰੇਟ ਚੱਲ ਰਿਹਾ? ਛੱਤ ਜਿਹੜੀ ਹੈ ਉਹ 1,15,000 ਦੀ, ਲੱਖ ਦੀ ਜਿਹੜੀ ਸਸਤੀ, ਬੰਦਾ ਆ ਕੇ ਸਾਨੂੰ ਸਸਤੀ ਚਾਹੀਦੀ, ਸਸਤੀ ਵੀ ਮਿਲ ਜਾਏ, 80-85,000 ਦੀ ਵੀ ਮਿਲ ਜਾਏਗੀ। ਭਾਈ ਆਪਣਾ ਮੋਬਾਈਲ ਨੰਬਰ ਦੇ ਦਿਓ। 0300-786-2191, 0345-40-40-777 ਦੋਵੇਂ ਨੰਬਰ ਮੇਰੇ ਨੇ, ਬਾਕੀ ਇਹ ਵੀ ਨੰਬਰ ਤੁਹਾਡਾ ਲਿਖਿਆ ਹੈ ਅਗਰ ਕਿਸੇ ਭਰਾ ਨੂੰ, ਇਹ ਵੀ ਨੰਬਰ ਦੋਵੇਂ ਮੇਰੇ ਹੀ ਨੇ। ਬਹੁਤ ਸ਼ੁਕਰੀਆ ਭਾਈ।